ਹਾਂਜੀ ਦੋਸਤੋ, ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਨਵਰਾਤਰਿਆਂ ਦੀ ਜਿਹੜੀ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ ਅਤੇ ਨਾਲ ਹੀ ਜਿਹੜੇ ਸਾਡੇ ਫੈਸਟੀਵਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਵਧੀਆ ਔਫਰ ਲੱਗੇ ਹੋਣ ਤੁਹਾਡੇ ਨਾਲ ਉਹ ਜ਼ਰੂਰ ਸਾਂਝਾ ਕਰੀਏ। ਸਭ ਤੋਂ ਪਹਿਲਾਂ ਅਸੀਂ ਇਸ ਸਮੇਂ ਖੜ੍ਹੇ ਹਾਂ ਅੱਡਾ ਮਾਰਕੀਟ ਵਿਖੇ। ਜਿਹੜੀਆਂ ਤਸਵੀਰਾਂ ਨੇ ਇਹ ਅੱਡਾ ਮਾਰਕੀਟ ਦੀਆਂ ਨੇ ਅਤੇ ਅੱਡਾ ਮਾਰਕੀਟ ਦੇ ਵਿੱਚ ਕਿਹੜੀ ਦੁਕਾਨ, ਕਿਹੜੀ ਸ਼ੋਰੂਮ ਦੇ ਉੱਤੇ ਕਿਹੜੇ ਔਫਰ ਵਧੀਆ ਲੱਗੇ ਨੇ ਉਹ ਆਪਾਂ ਤੁਹਾਡੇ ਤੱਕ ਸਾਂਝੇ ਕਰਾਂਗੇ। ਅਤੇ ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੱਡਾ ਮਾਰਕੀਟ ਦੇ ਸਭ ਤੋਂ ਮਸ਼ਹੂਰ ਸ਼ੋਰੂਮ ਵਿਪਨ ਟਰੰਕ ਹਾਊਸ ਦੇ ਉੱਤੇ। ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੋਕੇਸ਼ਨ ਬੱਸ ਸਟੈਂਡ ਤੋਂ ਤੁਸੀਂ ਸਭ ਤੋਂ ਪਹਿਲਾਂ ਅੱਡਾ ਮਾਰਕੀਟ ਦੇ ਵਿੱਚ ਦਾਖਲ ਹੋਣਾ ਹੈ ਅਤੇ ਪਹਿਲੇ ਮੋੜ ਤੋਂ ਸੱਜੇ ਪਾਸੇ ਮੁੜ ਕੇ ਸਿੱਧਾ ਪ੍ਰਸਿੱਧ ਖਾਟੂ ਸ਼ਾਹ ਮੰਦਿਰ ਵਿਖੇ ਪਹੁੰਚਣਾ ਅਤੇ ਉਸਦੇ ਬਿਲਕੁਲ ਸਾਹਮਣੇ ਤੁਹਾਨੂੰ ਨਜ਼ਰ ਆਵੇਗਾ ਵਿਪਨ ਟਰੰਕ ਹਾਊਸ ਦਾ ਸ਼ੋਰੂਮ, ਜਿੱਥੇ ਤੁਹਾਨੂੰ ਇਸ ਵਾਰ ਫੈਸਟੀਵਲ ਸੀਜ਼ਨ ਦੇ ਵਿੱਚ ਖਾਸ ਔਫਰ ਮਿਲਣ ਜਾ ਰਹੀਆਂ ਨੇ। ਤੋ ਆਪਾਂ ਗੱਲਬਾਤ ਕਰਾਂਗੇ ਅਤੇ ਅੰਦਰ ਚੱਲਾਂਗੇ ਅਤੇ ਉਹਨਾਂ ਨਾਲ ਪੁੱਛਾਂਗੇ ਕਿਹੜੀਆਂ ਕਿਹੜੀਆਂ ਔਫਰਾਂ ਉਹਨਾਂ ਦੇ ਕੋਲ ਨੇ। ਅਸੀਂ ਪਹੁੰਚ ਗਏ ਹਾਂ ਜੀ ਵਿਪਨ ਟਰੰਕ ਹਾਊਸ ਦੇ ਸ਼ੋਰੂਮ ਦੇ ਉੱਤੇ। ਸਭ ਤੋਂ ਪਹਿਲਾਂ ਅੰਦਰ ਲੈ ਕੇ ਚੱਲਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਕਿ ਕਿਹੜੇ ਕਿਹੜੇ ਖਾਸ ਔਫਰ ਜਿਹੜੇ ਨੇ ਇਸ ਬਾਰੇ ਲੈ ਕੇ ਆਏ ਨੇ। ਜਿਸ ਤਰ੍ਹਾਂ ਹਰ ਵਾਰ ਇਹਨਾਂ ਦੇ ਵੱਲੋਂ ਕੁਝ ਖਾਸ ਔਫਰ ਆਪਣੇ ਗ੍ਰਾਹਕਾਂ ਦੀ ਲਿਖੇ ਜਾਂਦੇ ਹਨ ਅਤੇ ਇਸ ਵਾਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਲਈ ਕੁਝ ਖਾਸ ਔਫਰ ਹੋਣਗੇ। ਆ ਜਾਓ ਭਾਅ ਜੀ, ਨਾਲ ਹੀ ਆ ਜਾਓ ਤੁਸੀਂ ਵੀ। ਭਾਅ ਜੀ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਨਮਸਕਾਰ ਜੀ। ਨਮਸਕਾਰ ਸਰ, ਕੀ ਹਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਭਾਅ ਜੀ ਹਰ ਸਾਲ ਤੁਸੀਂ ਸ਼ਹਿਰ ਵਾਸੀਆਂ ਨੂੰ ਖੁਸ਼ ਕਰਦੇ ਹੋ, ਨਵਰਾਤਰੇ ਸ਼ੁਰੂ ਹੋ ਗਏ ਨੇ, ਮੋਰੇ ਫੈਸਟੀਵਲ ਸੀਜ਼ਨ ਆ ਗਿਆ ਹੈ, ਤਾਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਰ ਨਮਸਕਾਰ ਜੀ, ਮੇਰਾ ਨਾਮ ਸੁਮਿਤ, ਵਿਪਨ ਟਰੰਕ ਹਾਊਸ ਅੱਡਾ ਮਾਰਕੀਟ ਨੰਗਲ। ਅਤੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੀਵਾਲੀ ਦਾ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਅਤੇ ਅਸੀਂ ਨਵਰਾਤਰੇ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਔਫਰ ਸਟਾਰਟ ਕੀਤੀਆਂ ਅਤੇ ਸਾਡਾ ਇੱਕ ਕੋਂਬੋ LED ਦਾ ਅਤੇ ਰੈਫਰੀਜਰੇਟਰ ਦੀ ਸਕੀਮਾਂ, ਗੀਜ਼ਰ ਦੇ ਉੱਪਰ ਸਕੀਮਸ, ਵਾਸ਼ਿੰਗ ਮਸ਼ੀਨ ਦੇ ਉੱਪਰ ਸਾਡੇ। ਤੋ ਭਾਅ ਜੀ ਨੂੰ ਤੁਸੀਂ ਮਿਲੇ ਚੱਕੇ ਹੋ ਜੀ, ਇਸ ਤਰ੍ਹਾਂ ਹਰ ਵਾਰ ਇਹ ਸ਼ੋਰੂਮ ਦੇ ਵਿੱਚ ਕੁਝ ਖਾਸ ਔਫਰ ਲੈ ਕੇ ਆਉਂਦੇ ਨੇ ਅਤੇ ਇਸ ਵਾਰ ਵੀ ਜਾਣਾਂਗੇ ਕਿ ਕਿਹੜੀ ਕਿਹੜੀ ਖਾਸ ਔਫਰ ਨੇ। ਸਭ ਤੋਂ ਪਹਿਲਾਂ ਇਸ ਸ਼ੋਰੂਮ ਦੇ ਤੁਸੀਂ ਝਲਕ ਮਾਰ ਲਓ ਕਿ ਜੋ ਸਮਾਨ ਜਿਹੜਾ ਹੈ ਉਹ ਕਿੰਨਾ ਵਧੀਆ ਕੁਆਲਿਟੀ ਦਾ ਲੱਗਿਆ ਅਤੇ ਕਿੰਨੀ ਵੈਰਾਈਟੀ ਦੇ ਵਿੱਚ ਲੱਗਿਆ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਵਿਪਨ ਟਰੰਕ ਹਾਊਸ ਅੱਡਾ ਮਾਰਕੀਟ ਬਿਲਕੁਲ ਖਾਟੂ ਸ਼ਾਮ ਮੰਦਿਰ ਦੇ ਸਾਹਮਣੇ ਚੁੱਕੇ ਨੇ ਸੁਮਿਤ ਜੀ। ਅਤੇ ਆਪਾਂ ਸੁਮਿਤ ਜੀ ਤੋਂ ਜਾਣਾਂਗੇ ਸਰ, ਸਭ ਤੋਂ ਪਹਿਲਾਂ ਡੀਲ ਕਿਹੜੀ ਕਿਹੜੀ ਚੀਜ਼ਾਂ ਦੇ ਵਿੱਚ ਕਰਦੇ? ਜਿਸ ਤਰ੍ਹਾਂ ਬਹੁਤ ਸਾਰੀਆਂ ਇਲੈਕਟ੍ਰੋਨਿਕਸ ਦੀ ਆਈਟਮਸ ਲੱਗੀਆਂ ਨੇ, ਤਾਂ ਕਿਹੜੀ ਕਿਹੜੀ ਚੀਜ਼ਾਂ ਦੇ ਵਿੱਚ ਆਪਾਂ ਡੀਲ ਕਰਦੇ ਹਾਂ? ਭਈਆ ਸਾਡੇ ਕੋਲ ਪ੍ਰੀਮੀਅਮ ਬ੍ਰਾਂਡ ਸਾਡੇ ਕਾਊਂਟਰ ਦੇ ਉੱਪਰ ਅਵੇਲੇਬਲ ਹੈ। ਅਸੀਂ ਮੇਨ ਡੀਲ ਕਰ ਰਹੇ ਹਾਂ ਜੀ LG ਬ੍ਰਾਂਡ, ਬੋਸ਼ ਕੰਪਨੀ ਦੇ ਫਰਿੱਜ, ਠੀਕ ਹੈ ਜੀ, ਉਸ ਤੋਂ ਬਾਅਦ ਵਰਲਪੂਲ ਦੇ ਫਰਿੱਜ, ਰੈਫਰੀਜਰੇਟਰ, ਵਾਸ਼ਿੰਗ ਮਸ਼ੀਨਸ, IFB ਦੀਆਂ ਵਾਸ਼ਿੰਗ ਮਸ਼ੀਨਸ, ਅਤੇ ਐਪਲਾਇੰਸਿਸ ਦੇ ਵਿੱਚ ਸਾਡੇ ਕੋਲ ਬਜਾਜ ਹੈਵਲਸ ਬ੍ਰਾਂਡ ਅਸੀਂ ਕਰ ਰਹੇ ਹਾਂ। ਉਸ ਤੋਂ ਇਲਾਵਾ ਸਾਡੇ ਕੋਲ ਮੇਨ ਪ੍ਰੋਡਕਟ ਹੈਗਾ ਜੀ ਸੁਜਾਤਾ ਦੇ GMG। ਜੇ ਆਪਾਂ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਜਿਹੜੇ ਇਲੈਕਟ੍ਰੋਨਿਕਸ ਦਾ ਸਮਾਨ ਜਿਹੜਾ ਵਰਤੋਂਦਾ, ਚਾਹੇ ਉਹ ਐਪਲਾਇੰਸਿਸ ਹੋਣ, ਚਾਹੇ ਵੱਡੇ ਫਰਿੱਜ ਹੋਣ, TV ਹੋਣ, ਇਹ ਸਾਰਾ ਹੀ ਆਪਾਂ ਨੂੰ ਇਹ ਸਾਰਾ ਇੱਕ ਜਗ੍ਹਾ 'ਤੇ ਹੀ ਮਿਲ ਜਾਵੇਗਾ? ਇੱਕ ਜਗ੍ਹਾ 'ਤੇ ਭਾਅ ਜੀ ਸਾਡੇ ਕੋਲ ਸਾਰਾ ਮਟੀਰੀਅਲ ਮਿਲ ਜਾਏਗਾ ਜੀ, ਸ਼ਾਦੀ ਦਾ ਸਮਾਨ, ਵਨ ਸਟੋਪ ਸ਼ੋਰੂਮ ਵਿਪਨ ਟਰੰਕ ਹਾਊਸ। ਸਾਡੇ ਕੋਲ ਫਰਨੀਚਰ ਦੇ ਵਿੱਚ ਬੈੱਡ, ਸੋਫੇ, ਅਲਮਾਰੀਆਂ, ਗੱਦੇ, ਮਤਲਬ ਇੱਥੇ ਵੀ ਤੁਸੀਂ ਇੱਕ ਕੋਂਬੋ ਆਫਰ ਤਿਆਰ ਕੀਤਾ? ਹਾਂਜੀ, ਫਰਿੱਜ, AC, LED, ਵਾਸ਼ਿੰਗ ਮਸ਼ੀਨ, ਹਰ ਪ੍ਰੋਡਕਟ ਸਾਡੇ ਸ਼ੋਰੂਮ ਦੇ ਉੱਪਰ ਅਵੇਲੇਬਲ ਹੈ। ਠੀਕ ਹੈ ਜੀ, ਹਾਂਜੀ। ਤਾਂ ਭਾਅ ਜੀ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ, ਫੈਸਟੀਵਲ ਸੀਜ਼ਨ ਹੈ, ਜਿਹੜਾ ਵੀ ਗਾਹਕ ਆਉਂਦਾ ਉਹਦੀ ਇੱਕ ਡਿਮਾਂਡ ਹੁੰਦੀ ਹੈ ਵੀ ਇੱਕ ਤਾਂ ਸਾਨੂੰ ਸਮਾਨ ਵਧੀਆ ਮਿਲੇ। ਚਲੋ ਤੁਸੀਂ ਵਧੀਆ ਸਮਾਨ ਬ੍ਰਾਂਡ ਹੈ, ਲੋਕਲ ਪ੍ਰੋਡਕਟ ਸਾਡੇ ਸ਼ੋਰੂਮ ਦੇ ਉੱਪਰ ਕੋਈ ਵੀ ਅਵੇਲੇਬਲ ਨਹੀਂ ਹੈ। ਪਹਿਲਾਂ ਵੀ ਤੁਹਾਡੇ ਸ਼ੋਰੂਮ ਤੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਸੀ, ਗਾਹਕਾਂ ਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਸੀਗਾ। ਇਸ ਵਾਰ ਲੋਕ ਫਿਰ ਤੋਂ ਜਾਣਨਾ ਚਾਹੁੰਦੇ ਨੇ ਕਿ ਕਿਹੜੀਆਂ ਔਫਰ ਤੁਸੀਂ ਲੈ ਕੇ ਆਏ ਹੋ, ਆਪਾਂ ਕਿੱਥੋਂ ਸ਼ੁਰੂਆਤ ਕਰਾਂਗੇ ਜੀ? ਸਭ ਤੋਂ ਪਹਿਲਾਂ ਕਿਹੜੀ ਚੀਜ਼ਾਂ ਦੱਸੋਗੇ ਆਪਣੀ, ਕਿੰਨੀ ਵੈਰਾਈਟੀ ਉਹਨਾਂ ਦੀ ਸਾਡੇ ਕੋਲ ਅਵੇਲੇਬਲ ਹੋਏਗੀ? ਪਹਿਲਾਂ ਤਾਂ ਭਾਈ ਤੁਸੀਂ ਆ ਜਾਓ ਆਪਣਾ LG ਦੇ ਰੈਫਰੀਜਰੇਟਰ। ਠੀਕ ਹੈ ਜੀ, ਆ ਸਾਰੀ ਜਿਹੜੀ ਰੇਂਜ ਲੱਗੀ ਇਹ ਸਾਰੀ ਭਾਅ ਜੀ LG ਲੱਗੀ ਹੈ ਜੀ। ਓਕੇ ਜੀ, LG ਦੇ ਆਪਣੇ ਕੋਲ 260 ਲੀਟਰ ਤੋਂ ਲੈ ਕੇ
550 ਲੀਟਰ ਦਾ ਕਰੀਮ ਸਾਡੇ ਕੋਲ ਡਬਲ ਡੋਰ ਤੁਹਾਡੀ ਕੈਪੈਸਿਟੀ ਤੁਹਾਨੂੰ ਕਿਹੜੀ ਲੋਡ ਆ ਉਹ ਮਿਲ ਜਾਏਗਾ ਜੀ ਆਪਣੇ ਕੋਲ ਸਟਾਕ ਅਵੇਲੇਬਲ ਹੋਏਗਾ ਜੀ ਸਟਾਕ ਅਵੇਲੇਬਲ ਲੇਟੈਸਟ ਮਾਡਲ 2024 ਦਾ ਮਾਲ ਡੈਮੋ ਲੱਗੀ ਹੋਵੇ ਜੇ ਮਾਡਲ ਨਾ ਹੋਵੇ ਜੀ ਸਭ ਅਵੇਲੇਬਲ ਜੀ ਫੁੱਲ ਸਟਾਕ ਅਵੇਲੇਬਲ ਇਹਦਾ ਸਰ ਸਰ ਡਿਸਪਲੇ ਲੱਗਿਆ ਡਿਸਪਲੇ ਇਸ ਤੋਂ ਬਾਅਦ ਜਿਹੜਾ ਸਟਾਕਿੰਗ ਹੈ ਗਰਾਊਂਡ ਦੇ ਵਿੱਚ ਲੱਗੀ ਹੈ ਕਸਟਮਰ ਸਾਡੇ ਤੋਂ ਕੋਈ ਵੀ ਚੀਜ਼ ਬਾਈ ਕਰਦਾ ਹੈ ਪਰਚੇਜ਼ ਕਰਦਾ ਹੈ ਸਾਡਾ ਬਾਕਸ ਬੰਦ ਪੈਕਿੰਗ ਗਰਾਊਂਡ ਦੇ ਵਿੱਚ ਬਿਲ ਹੋਏਗਾ ਚਲੋ ਆਪਾਂ ਥੋੜੀ ਜੀ ਗੱਲ ਕਰ ਲੈਂਦੇ ਕਿ ਰੇਂਜ ਕਿੱਥੋਂ ਲੱਗੇ ਕਿੱਥੇ ਤੱਕ ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਡਿਸਕਾਊਂਟ ਉਹ ਕਿੰਨੇ ਪਰਸੈਂਟ ਤੱਕ ਚੱਲ ਰਿਹਾ ਜੀ ਇਹਨਾਂ ਦੇ ਭਈਆ ਰੇਂਜ ਸਾਡੇ ਕੋਲ ਹੈਗੀ ਹੈ ਜੀ 11 ਮਾਰਕੀਟ ਨੂੰ ਦੇਖ ਕੇ ਤੁਸੀਂ ਆਫਰ ਦੇਣਾ ਜੀ ਹਾਂਜੀ ਹਾਂਜੀ 11000 ਰੁਪਏ ਤੋਂ ਸਾਡੇ ਕੋਲ ਰੇਂਜ ਸਟਾਰਟ ਹੈ ਵੋਲਡਸ ਕੰਪਨੀ ਫ੍ਰਿਜ ਵਰਲਪੂਲ ਦੇ ਫ੍ਰਿਜ 11000 ਤੋਂ ਲੈ ਕੇ ਸਾਡੇ ਕੋਲ 60-65 ਹਜ਼ਾਰ ਤੱਕ ਰੇਂਜ ਸਾਰੀ ਅਵੇਲੇਬਲ ਹੈ ਜਿਹੜੀ ਮੀਡੀਅਮ ਰੇਂਜ ਆਉਂਦੀ ਹੈ 18-20 ਹਜ਼ਾਰ 22-25-28-30 ਹਜ਼ਾਰ ਤੱਕ ਸਾਡੇ ਕੋਲ ਸਾਰੇ ਮਾਡਲ ਸਾਰੇ ਕਲਰ ਉਹਦੇ ਅਵੇਲੇਬਲ ਜਿੱਦਾਂ ਅਸੀਂ ਦੇਖ ਰਹੇ ਮਾਡਲ ਨੰਬਰ ਲਿਖਿਆ ਰੇਟ ਲਿਖਿਆ ਡਿਸਕਾਊਂਟ ਲਿਖਿਆ ਹੈ ਨਾ ਇਹ ਸਾਰੇ ਆਫਰ ਪ੍ਰਾਈਸ ਤਿਆਰ ਕੀਤੇ ਗਏ ਨੇ ਸਪੈਸ਼ਲੀ ਦੇ ਵਾਸਤੇ ਇਸ ਤੋਂ ਇਲਾਵਾ ਵੀ ਹੁਣ ਕੁਝ ਮਿਲ ਜਾਏਗਾ ਭਈਆ ਟਾਈਮ ਹੀ ਨਹੀਂ ਹੈ ਫੈਸਟੀਵਲ ਦਾ ਸੀਜ਼ਨ ਸਟਾਰਟ ਹੈ ਜੀ ਤੁਹਾਨੂੰ ਪਤਾ ਸਾਡੇ ਕਾਊਂਟਰ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਰਸ਼ ਹਮੇਸ਼ਾ ਪੈਂਦਾ ਬਿਲਕੁਲ ਅਸੀਂ ਸਕੀਮਾਂ ਲਗਾਉਂਦੇ ਹਾਂ ਮਾਰਕੀਟ ਦੇ ਵਿੱਚ ਠੀਕ ਹੈ ਜੀ ਤੇ ਬੈਸਟ ਡੀਲ ਦੇ ਦਈਏ ਕਸਟਮਰ ਨੂੰ ਬੈਸਟ ਪ੍ਰਾਈਸ ਕੋਟ ਕਰੀਦਾ ਹੈ ਤੇ ਇਸ ਕਰਕੇ ਕਸਟਮਰ ਸਾਡੇ ਕਾਊਂਟਰ ਦੇ ਉੱਪਰ ਵਿਜ਼ਿਟ ਵੀ ਕਰਦਾ ਹੈ ਆਪਾਂ ਦੇਖ ਰਹੇ ਹਾਂ ਕਿ ਵਾਸ਼ਿੰਗ ਮਸ਼ੀਨ ਦੀ ਵੀ ਤੁਸੀਂ ਪੂਰੀ ਲੜੀ ਲਗਾ ਕੇ ਰੱਖੀ ਡਿਸਪਲੇ ਦੇ ਵਿੱਚ ਬਹੁਤ ਕੰਪਨੀਆਂ ਦੇ ਵਾਸ਼ਿੰਗ ਮਸ਼ੀਨ ਨੇ ਕਿਹੜੀ ਕਿਹੜੀ ਕੰਪਨੀ ਦੇ ਵਾਸ਼ਿੰਗ ਮਸ਼ੀਨ ਆਪਣੇ ਕੋਲ ਪਹਿਲਾਂ ਡੀਲ ਕਰਦੇ ਹੋ ਸਾਡੇ ਕੋਲ ਸਟਾਰਟਿੰਗ ਜਿਹੜਾ ਬ੍ਰਾਂਡ ਹੈਗਾ ਜੀ ਵੋਲਟਾਸ ਦੀ ਵਾਸ਼ਿੰਗ ਮਸ਼ੀਨ ਉਸ ਤੋਂ ਬਾਅਦ ਬੀਪੀਐਲ ਦੀ ਬੀਪੀਐਲ ਤੋਂ ਬਾਅਦ ਐਲਜੀ ਦੀ ਸਾਡੇ ਕੋਲ ਫੁੱਲ ਫਲੈਜ ਰੇਂਜ 7 ਕਿਲੋ ਤੋਂ ਲੈ ਕੇ 6.5 ਕਿਲੋ ਤੋਂ ਲੈ ਕੇ 12-13 ਕਿਲੋ ਤੱਕ ਸਾਡੇ ਕੋਲ ਰੇਂਜ ਅਵੇਲੇਬਲ ਹੈ ਇਸੇ ਤਰ੍ਹਾਂ ਪਰਸੈਂਟੇਜ ਦੀ ਗੱਲ ਕਰਾਂ ਤਾਂ ਕਿੰਨੇ ਕੁ ਪਰਸੈਂਟ ਤੱਕ ਡਿਸਕਾਊਂਟ ਕੋ ਪਰਸੈਂਟੇਜ ਮੰਨ ਲਈਏ ਜਿਹੜਾ 5% 10% ਕਿੰਨਾ ਕੁ ਪਰਸੈਂਟ ਤੁਸੀਂ ਡਿਸਕਾਊਂਟ ਦੇ ਸਕਦੇ ਹੋ ਸਰ ਪਰਸੈਂਟੇਜ ਦੇ ਵਿੱਚ ਗਾਹਕ ਨੂੰ ਤਾਂ ਉਲਝਾਣ ਵਾਲੀ ਗੱਲ ਹੈ ਸਿੱਧੀ ਗੱਲ ਹੈ ਕੰਪਨੀ ਦਾ ਪ੍ਰੋਡਕਟ ਦੀ ਐਮਆਰਪੀ ਹੈਗੀ ਹੈ 24,990 ਰੁਪਏ ਠੀਕ ਹੈ ਜੀ ਦੁਕਾਨਦਾਰ ਮੰਗਦਾਗਾ 12-13 ਹਜ਼ਾਰ ਰੁਪਇਆ ਅੱਛਾ ਜੀ ਠੀਕ ਹੈ ਜੀ ਉਹ ਛੱਡ ਦਿਓ ਪਰਸੈਂਟੇਜ ਸਾਡਾ ਬਿਲਕੁਲ ਮਿਨੀਮਮ ਜਿਹਾ ਮਾਰਜਨ ਹੈ ਕਸਟਮਰ ਨੂੰ ਪ੍ਰੋਡਕਟ ਕਸਟਮਰ ਦੇ ਘਰ ਪਹੁੰਚਾਉਣਾ ਹੈ ਐਫਓਆਰ ਮਟੀਰੀਅਲ ਹੈ ਕੋਈ ਅਸੀਂ ਕਿਰਾਇਆ ਭਾੜਾ ਨਹੀਂ ਲੈਣਾ ਘਰ ਪਹੁੰਚਾਉਣਾ ਜੀ ਪਿਛਲੇ ਸਾਲ ਵੀ ਸਾਰੀ ਐਫ ਓ ਆਰ ਕੀਤੀ ਸੀਗੀ ਉਸ ਤੋਂ ਲਾਸਟ ਈਅਰ ਵੀ ਠੀਕ ਹੈ ਤੇ ਇਸ ਸਾਲ ਵੀ ਡਿਲੀਵਰੀ ਸਾਰੀ ਫ੍ਰੀ ਹੈ ਉਸ ਤੋਂ ਇਲਾਵਾ ਨਾਲ ਸਾਡੇ ਗਿਫਟ ਵੀ ਹੈਗੇ ਆ ਗਿਫਟ ਵੀ ਆਫਰ ਨੇ ਵਾਸ਼ਿੰਗ ਮਸ਼ੀਨ ਦੇ ਨਾਲ ਕਾਫੀ ਗਿਫਟ ਜਿਹੜੇ ਤੁਸੀਂ ਹਰ ਉਹਦੇ ਨਾਲ ਰੱਖੇ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੋਮ ਅਪਲਾਈਸਸ ਨੇ ਛੋਟੇ ਅਪਲਾਈਸਸ ਉਹਦੇ ਵਿੱਚ ਵੀ ਸਾਰੀਆਂ ਆਈਟਮਸ ਆਪਣੇ ਕੋਲ ਅਵੇਲੇਬਲ ਹੁੰਦੀਆਂ ਨੇ ਜਿਸ ਤਰ੍ਹਾਂ ਫੁੱਲ ਰੇਂਜ ਅਵੇਲੇਬਲ ਯੂਜ਼ਰ ਵਗੈਰਾ ਸਾਰਾ ਕੁਝ ਮਿਲੇਗਾ ਮਤਲਬ ਕਿਤੇ ਉਹ ਵੀ ਪ੍ਰੀਮੀਅਮ ਬ੍ਰਾਂਡ ਸਰ ਹੈਵਲਸ ਦੇ ਪ੍ਰੋਡਕਟ ਮਿਲਣਗੇ ਸਾਡੇ ਕੋਲ ਬਜਾਜ ਦੇ ਮਿਲਣਗੇ ਸੁਜਾਤਾ ਦੇ ਮਿਲਣਗੇ ਮੈਰਿਜ ਆ ਰਹੀਆਂ ਨੇ ਵਿਆਹ ਸ਼ਾਦੀਆਂ ਆ ਰਹੇ ਨੇ ਉੱਥੇ ਉਹ ਗਿਫਟ ਤਿਆਰ ਦਿੰਦੇ ਆ ਗਿਫਟ ਦਿੰਦੇ ਨੇ ਆਪਣੇ ਬੱਚਿਆਂ ਨੂੰ ਹੈਨਾ ਕਿ ਉਹ ਗਿਫਟ ਜਿਹੜੇ ਨੇ ਸਾਡੇ ਕੋਲ ਉਹ ਵੀ ਸਾਰੇ ਅਵੇਲੇਬਲ ਬ੍ਰਾਂਡਡ ਨੇ ਹਾਂਜੀ ਹਾਂਜੀ ਸਭ ਅਵੇਲੇਬਲ ਸਰ ਗਰੰਟੀ ਵਾਰੰਟੀ ਦੀ ਗੱਲ ਕਰੀਏ ਤਾਂ ਪੂਰੀ ਹੋਏਗੀ ਜੀ ਸਰ ਬ੍ਰਾਂਡ ਹੈ ਜੀ ਔਨ ਸਾਈਟ ਸਰਵਿਸ ਹੈ ਕਸਟਮਰ ਦੇ ਐਂਡ ਦੇ ਉੱਪਰ ਕਸਟਮਰ ਦੇ ਕਰੇ ਕਸਟਮਰ ਦੇ ਕਰੇ ਪ੍ਰੋਡਕਟ ਕੰਪਨੀ ਸਰਵਿਸ ਦਿੰਦੀ ਹੈ ਅੱਛਾ ਮੈਂ ਥੋੜਾ ਇਹ ਵੀ ਜਾਣਨਾ ਚਾਹੂੰਗਾ ਜੀ ਸਰ ਚਿਮਨੀਆਂ ਦੀ ਰੇਂਜ ਕੀ ਸਾਰੀ ਅੱਛਾ ਜੀ ਚਿਮਨੀਆਂ ਠੀਕ ਹੈ 2 ਫੁੱਟ 2 ਫੁੱਟ ਸਰ ਆਟੋਮੈਟਿਕ ਜਾਂ ਮੈਨੂਅਲ ਹੈ ਜੀ ਆਟੋਮੈਟਿਕ ਸਾਰੀ ਆਟੋਮੈਟਿਕ ਮੋਸ਼ਨ ਸੈਂਸਰ ਮੋਸ਼ਨ ਸੈਂਸਰ ਹੱਥ ਨਾਲ ਹੀ ਔਨ ਆਫ ਕਿਹੜੀ ਕਿਹੜੀ ਕੰਪਨੀ ਹੈ ਜੀ ਸਰ ਆਪਣਾ ਹਿੰਦਵੀਅਰ ਦੀ ਸਾਰੀ ਰੇਂਜ ਅਵੇਲੇਬਲ ਹੈ ਹਿੰਦਵੀਅਰ ਦੀ ਹਿੰਦਵੀਅਰ ਦੀ 10,990 ਰੁਪਏ ਤੋਂ ਲੈ ਕੇ 20,000 ਤੱਕ ਸਾਡੇ ਕੋਲ ਰੇਂਜ ਚਿਮਨੀ ਦੀ ਅਵੇਲੇਬਲ ਹੈ ਸਾਈਜ਼ ਵੀ ਅਲੱਗ-ਅਲੱਗ ਹੋਣਗੇ ਸਾਈਜ਼ 2 ਫੁੱਟ 2.5 ਫੁੱਟ 3 ਫੁੱਟ ਸਾਰੇ ਮਿਲ ਜਾਣਗੇ ਉਸ ਤੋਂ ਇਲਾਵਾ ਸਾਡੇ ਕੋਲ ਆਟੋਮੈਟਿਕ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਚਾਹੇ ਅਸੀਂ ਫ੍ਰਿਜ ਦੀ ਗੱਲ ਕਰ ਲਈਏ ਚਾਹੇ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਲਈਏ ਚਾਹੇ ਹਰ ਘਰ ਦੀ ਜ਼ਰੂਰਤ ਜਿਹੜੀ ਹੈ ਆਟੋਮੈਟਿਕ ਚਿਮਨੀਆਂ ਨੇ ਉਹ ਵੀ ਇਹਨਾਂ ਕੋਲ ਬ੍ਰਾਂਡਡ ਹਿੰਦਵੀਅਰ ਦਾ ਬ੍ਰਾਂਡ ਲੱਗਿਆ ਹੋਇਆ ਭਾਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਫੁੱਲੀ ਆਟੋਮੈਟਿਕ ਹੈ ਤੁਹਾਨੂੰ ਕਲੀਨ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਤੇ ਅਗਰ ਤੁਹਾਨੂੰ ਕੋਈ ਦਿੱਕਤ ਵੀ ਆਉਂਦੀ ਹੈ ਤਾਂ ਕੰਪਨੀ ਜਿਹੜੀ ਹੈ ਇਸ ਦੀ ਤੇ ਕੰਪਨੀ ਜਿਹੜੀ ਹੈ ਇਸ ਦੀ ਪੂਰੀ ਔਨ ਸਾਈਟ ਜਿਹੜੀ ਹੈ ਤੁਹਾਨੂੰ ਉਹ ਸਰਵਿਸ ਵੀ ਦੇਵੇਗੀ ਤੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਪਹਿਲਾਂ ਵੀ ਜਿਹੜਾ ਹਰ ਵਾਰ ਇਹਨਾਂ ਵੱਲੋਂ ਆਫਰ ਰੱਖੇ ਜਾਂਦੇ ਆ ਤੇ ਲੋਕ ਜਿਹੜੇ ਨੇ ਉਹ ਇਹਨਾਂ ਦੇ ਸ਼ੋਰੂਮ ਦੇ ਉੱਤੇ ਪਹੁੰਚ ਕੇ ਜਿਹੜੀ ਉਹ ਖਰੀਦਦਾਰੀ ਕਰਦੇ ਆ ਤੇ ਆਪਾਂ ਗੱਲਬਾਤ ਕਰਾਂਗੇ ਕਿ ਹੋਰ ਸਪੈਸ਼ਲ ਆਫਰ ਦੀ ਗੱਲ ਕਰੀਏ ਮੈਂ ਇੱਥੇ ਦੇਖ ਰਿਹਾ ਕਿ ਭਾਈ ਸਾਹਿਬ ਤੁਸੀਂ ਜਿਹੜੇ ਆ ਉਹ ਆ ਕਾਫੀ ਬਾਕਸ ਜਿਹੜੇ ਡੱਬੇ ਰੱਖੇ ਹੋਏ ਨੇ ਇਹ ਕਿਹੜੀ ਆਈਟਮ ਦੇ ਨਾਲ ਆ ਜੀ ਕਿੰਨਾ ਤੱਕ ਸਾਡੇ ਕੋਲ ਕਸਟਮਰ ਬੋਸ਼ ਕੰਪਨੀ ਦਾ ਫ੍ਰਿਜ ਡਬਲ ਡੋਰ ਕਨਵਰਟੇਬਲ ਮਾਡਲ
ਠੀਕ ਹੈ ਜੀ। ਪਹਿਲੀ ਗੱਲ ਤਾਂ ਕੀ ਡਿਸਕਾਊਂਟ ਦੋਗੇ ਜੀ? ਡਿਸਕਾਊਂਟ ਲੱਗਿਆ ਹੋਇਆ? ਡਿਸਕਾਊਂਟ ਤਾਂ ਭਾਜੀ ਆਪਾਂ ਨੈਟ ਸ਼ੈਟ ਕੱਟ ਕੇ ਰੇਟ ਲਗਾਇਆ ਹੋਇਆ, ਡਿਸਕਾਊਂਟ ਦੇ ਗੱਲੇ ਕੋਈ ਨਹੀਂ। ਕਸਟਮਰ ਲੰਘ ਚ ਕਿਤੇ ਵੀ ਰੀਟ੍ਰਾਈ ਕਰਕੇ ਆਵੇ ਪੂਰੇ ਸ਼ਹਿਰ ਦੇ ਵਿੱਚ, ਸਾਨੂੰ ਰੇਟ ਦੱਸ ਦੇ ਕਿ ਆਹ ਪ੍ਰਾਈਸ ਹੈ, ਉਸ ਤੋਂ 500,000 ਰੁਪਏ ਕੱਟ ਕਰਕੇ, ਉਸ ਤੋਂ ਵੀ 500,000 ਰੁਪਏ ਕੱਟ ਕਰ, ਉਸ ਤੋਂ ਬਾਅਦ ਪਹੁੰਚ ਦੇਵਾਂਗੇ ਨਾਲ ਗਿਫਟ। ਗਿਫਟ ਜੀ, ਆਹ ਸਾਡੀ ਸਕੀਮ ਹੈ ਭਾਜੀ, ਦੀਵਾਲੀ ਧਮਾਕਾ ਬੋਸ਼ ਰੈਫਰੀਜਰੇਟਰ ਦੇ ਉੱਪਰ ਓਰੀਐਂਟ ਕੰਪਨੀ ਦਾ 3 ਲੀਟਰ ਦਾ ਗੀਜ਼ਰ ਇੰਸਟੈਂਟ, 3 ਲੀਟਰ ਦਾ ਬ੍ਰਾਂਡਡ ਕੰਪਨੀ ਦਾ ਗੀਜ਼ਰ ਨਾਲ ਫ੍ਰੀ, ਉਹ ਵੀ ਓਰੀਐਂਟ ਦਾ ਜੀ, ਗੀਜ਼ਰ ਤੁਹਾਨੂੰ ਮਿਲੇਗਾ ਜੀ। ਠੀਕ ਹੈ ਜੀ, ਉਹ ਇਹ ਗੀਜ਼ਰ ਤੁਹਾਨੂੰ ਨਾਲ ਮਿਲੇਗਾ ਜੀ। ਦੇ ਉੱਪਰ ਜਿਹੜਾ 2 ਡੱਬੇ ਚੱਕਦੇ ਜੀ, ਸ਼ਾਇਦ ਨਾਲ ਨਹੀਂ ਹੋਣੇ ਹਨ ਜੀ, ਇਹ ਵੀ ਨਾਲ ਜੀ। ਤੁਸੀਂ ਭਾਜੀ ਇੱਥੇ ਲਿਖਿਆ ਹੈ ਕਿ ਆਪਣੇ ਕੋਲ ਸਿਰਫ ਇੱਕ ਗੀਜ਼ਰ ਹੈ, ਇਹ ਭਾਜੀ ਕੰਪਨੀ ਵੱਲੋਂ ਆਇਆ ਗੀਜ਼ਰ। ਠੀਕ ਹੈ ਜੀ, ਤੇ ਉਸ ਤੋਂ ਇਲਾਵਾ ਸਾਡੇ ਨਾਲ ਸਾਡੇ ਵੱਲੋਂ ਦੀਵਾਲੀ ਦੀ ਗਿਫਟ ਨਾਲ ਹੈ, ਇੱਕ ਗਿਫਟ ਨਾਲ ਹੋ ਰਿਹਾ ਜੀ, 2 ਗਿਫਟ ਨਾਲ, ਦੋਨੋਂ ਨਾਲ ਹੈ ਜੀ। ਠੀਕ ਹੈ ਜੀ, ਦੋਨੋਂ ਗਿਫਟ ਜਿਹੜੇ ਵਾਸ਼ ਨਾਲ ਜਿਹੜੇ ਫ੍ਰਿਜ ਦਾ ਕਵਰ ਨਾਲ ਦੇਵਾਂਗੇ, ਫ੍ਰਿਜ ਦਾ ਕਵਰ ਵੀ ਨਾਲ ਹੈ, ਸੈਲਸ ਉਸ ਦੇ ਟ੍ਰੇ ਦੇ ਕਵਰ ਉਹ ਵੀ ਨਾਲ ਹੈ, ਵੀ ਨਾਲ ਦੇਵਾਂਗੇ ਜੀ, ਪਲੱਸ ਡਿਲੀਵਰੀ ਨਾਲ ਦੇਵਾਂਗੇ। ਕੀ ਬਾਤ ਹੈ ਸਰ, ਤੋਂ ਨਾਲ ਦੇ ਨਾਲ ਜਿਹੜੀਆਂ ਨੇ ਜੋ ਵੀ ਤੁਹਾਨੂੰ ਫ੍ਰੀ ਆਈਟਮ ਜਿਹੜੀਆਂ ਨੇ ਉਹ ਵੀ ਨਾਲ ਤੁਹਾਨੂੰ ਦਿੱਤੀ ਜਾਣੀ, ਗਿਫਟ ਤੁਹਾਨੂੰ ਦਿੱਤੇ ਜਾ ਰਹੇ ਨੇ। ਤੋਂ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜੇ ਅਸੀਂ LED ਦੀ ਗੱਲ ਕਰੀਏ ਤਾਂ LED ਦੀ ਛੋਟੀ ਸਕਰੀਨ ਤੋਂ ਲੈ ਕੇ ਵੱਡੀ ਸਕਰੀਨ ਤੱਕ ਜਿਹੜੀ ਆ ਉਹ ਵੀ ਹਰ ਰੇਂਜ ਜਿਹੜੀ ਨੂੰ ਅਵੇਲੇਬਲ ਹੈ। ਇਹ ਵੀ ਸਰ ਕਿਹੜੇ ਬ੍ਰਾਂਡ ਦੀ ਆਪਾਂ ਡੀਲ ਕਰਦੇ ਆ? ਤੇ ਅਸੀਂ ਡੀਲ ਕਰਦੇ ਆ ਜੀ, ਆਪਣਾ ਜਿਹੜਾ ਸਾਡਾ ਮੇਨ ਬ੍ਰਾਂਡ ਹੈ ਜੀ, ਪਰ ਸਾਡਾ ਫੋਕਸ ਉਹ ਹੈਗਾ LG ਬ੍ਰਾਂਡ, LG ਦੇ ਉੱਤੇ। LG ਸਾਡੇ ਕੋਲ 32 ਇੰਚ ਤੋਂ ਲੈ ਕੇ 43, 55 ਤੇ 65 ਸਾਡੇ ਕੋਲ ਅਵੇਲੇਬਲ ਹੈ ਸਾਈਜ਼ ਸਾਰੇ, ਉਹਨਾਂ ਦੇ ਸਾਰੇ ਮਾਡਲ ਮਿਲ ਜਾਣਗੇ ਜੀ। ਉਸ ਤੋਂ ਇਲਾਵਾ ਸਾਡੇ ਕੋਲ ਏਸਰ ਦੀ ਫੁੱਲ ਰੇਂਜ ਅਵੇਲੇਬਲ ਹੈ 32, 43, 55, 70 ਤੱਕ। BPL ਦੇ ਸਾਰੇ ਮਾਡਲਸ ਅਵੇਲੇਬਲ ਹੈ, ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਧਮਾਕਾ ਲਗਾਇਆ ਹੈ LEDs ਦੇ ਉੱਪਰ ਜੀ। ਸਾਡੇ ਕੋਲ ਦੇ ਉੱਪਰ ਕਰਾਊਨ ਕੰਪਨੀ ਦਾ LED ਅਸੀਂ ਕਈ ਸਾਲ ਤੋਂ ਵੇਚਦੇ ਆ ਰਹੇ ਹਾਂ, ਲਾਸਟ ਈਅਰ ਵੀ ਵੇਚਿਆ ਜੀ, ਬੜਾ ਅੱਛਾ ਰਿਸਪੌਂਸ ਮਿਲਿਆ। ਇਹ ਤਾਂ ਨਹੀਂ ਹੈ ਵੀ ਇਹ ਲੋਕ ਕਹਿੰਦੇ ਤੁਸੀਂ ਗੱਲ LG ਦੀ ਕਰਦੇ, ਦਿੰਦੇ ਸਾਨੂੰ ਕਰਾਊਨ, ਇੱਕ ਦੇ ਹਲਕੇ ਮਾਲ ਦੀ ਕਰਾਊਨ ਦੀ ਦਿੱਤੀ ਹੈ, ਇਹਦਾ ਵੀ ਫੁੱਲ ਗਾਰੰਟੀ, ਫਰੇਮਲੈਸ ਮਾਡਲ। ਅੱਛਾ ਜੀ, ਠੀਕ ਹੈ ਜੀ। ਉਸ ਤੋਂ ਇਲਾਵਾ 40 ਇੰਚ ਦਾ LED ਫਰੇਮਲੈਸ ਦੇ ਨਾਲ 32 ਇੰਚ ਦਾ LED ਭਾਜੀ ਬਿਲਕੁਲ ਫ੍ਰੀ, 40 ਦੇ ਨਾਲ 32 ਇੰਚ ਦੀ LED ਬਿਲਕੁਲ ਮੁਫਤ ਹੈ ਜੀ। ਕਰਾਊਨ ਕੰਪਨੀ ਦੀ LED ਹੈ, ਇਹ ਨਾ ਸੋਚਣਾ ਕਿ ਇਹ ਹਲਕੀ ਕੁਆਲਿਟੀ ਦੇ ਸਾਈਡ ਸਰ ਸਰਵਿਸ ਹੈ ਜੀ, ਔਨ ਸਾਈਡ ਦੀ ਸਰਵਿਸ ਵੀ ਇੰਸਟਾਲੇਸ਼ਨ ਕਰਵਾ ਕੇ ਦਵਾਂਗੇ। ਕੁਆਲਿਟੀ ਕਿੱਦਾਂ ਹੋਏਗੀ ਜੀ? ਪਿਕਚਰ ਕੁਆਲਿਟੀ ਹੈ ਜੀ ਸਰ? ਸਮਾਰਟ TV, ਸਮਾਰਟ TV, ਯੈਸ। ਠੀਕ ਹੈ ਜੀ, ਉਹ ਸਮਾਰਟ TV ਦੇ ਉੱਤੇ ਜਿਹੜੀ ਆਫਰ ਹੈ 40 ਇੰਚ ਦੇ ਨਾਲ ਜਿਹੜੀ ਹੈ ਉਹ ਤੁਹਾਨੂੰ, ਇਹ ਦੋਨਾਂ LED ਦਾ ਸਰ ਪ੍ਰਾਈਸ ਬਣਦਾ 44,980 ਰੁਪਏ ਮਿਲਾ ਕੇ। ਹਾਂ, ਦੋਨਾਂ ਦਾ ਮਿਲਾ ਕੇ। ਠੀਕ ਹੈ ਜੀ, ਇਹ ਬੇਸਿਕ ਅਸੀਂ ਪੂਰਾ ਸਾਲ ਵੇਚਦੇ 28,000 ਦਾ ਕੋਂਬੋ, ਕੋਂਬੋ ਇਹ ਦੀਵਾਲੀ ਦੇ ਉੱਪਰ ਅਸੀਂ ਇਸ ਨੂੰ ਹਰ ਸਾਲ ਦੀ ਤਰ੍ਹਾਂ 19,500 ਰੁਪਿਆ ਐਤਕੀ ਵੀ ਲੈ ਕੇ ਆਇਆ ਮਾਰਕੀਟ ਦੇ ਵਿੱਚ। 19,500 40 ਇੰਚ ਦਾ ਰੇਟ ਹੈ ਜੀ, ਨਾਲ 32 ਇੰਚ ਫ੍ਰੀ ਹੈ। ਲਓ ਜੀ ਮਹਾਰਾਜ, ਵੱਡੀ ਆਫਰ ਕਰ ਦਿੱਤੀ ਹੈ ਕਿ ਜੋ ਮਾਰਕੀਟ ਦੇ ਵਿੱਚ ਪਹਿਲਾਂ 25,000 ਦੀ ਤਕਰੀਬਨ ਅਸੀਂ ਮੰਨ ਕੇ ਚੱਲਦੇ ਹਾਂ, ਇਸ ਵਾਰ ਜਿਹੜੀ ਆ ਉਹ ਤਕਰੀਬਨ 19,500 ਹੈ। ਉਹਦੇ ਵਿੱਚ ਨਾਲ 19,500 ਦੇ ਵਿੱਚ ਤੁਹਾਨੂੰ ਇੱਕ LED 40 ਇੰਚ ਦੀ ਤੇ ਇੱਕ ਨਾਲ ਤੁਹਾਨੂੰ 32 ਇੰਚ ਦੀ ਜਿਹੜੀ ਉਹ ਵੀ ਨਾਲ ਮਿਲੇ। ਪਿਛਲੇ ਸਾਲ ਉਹਨਾਂ ਰੇਟ ਵਧੇ ਆ, ਰੋਮ ਦੀ ਰੇਟ ਕੰਪਨੀ ਰੇਟ ਹਾਈ ਕੀਤੇ ਆ, ਤੇ ਇਹਦਾ ਰੇਟ ਬਣਿਆ ਸੀਗਾ 20,521 ਰੁਪਿਆ, ਪਰ ਅਸੀਂ ਆਪਣਾ ਰੇਟ ਫਿਰ ਲਾਸਟ ਈਅਰ ਵਾਂਗੂ ਹੀ ਕਾਇਮ ਰੱਖਿਆ ਕਿ ਸਾਨੂੰ ਬਚੇ ਨਾ ਬਚੇ, ਪਰ ਅਸੀਂ ਆਪਣੇ ਰੇਟ ਦੇ ਉੱਪਰ ਸਟੇਬਲ ਆ, ਖੜੇ ਆ। ਤੁਸੀਂ ਗਾਹਕਾਂ ਦੇ ਉੱਤੇ ਇਸ ਵਾਰ ਫਿਰ ਦਿਆਲ ਹੈ। ਮੈਂ ਕਹਿੰਦਾ ਜੀ ਪਿਛਲੀ 100+ ਪੇਅਰ ਸੈੱਟ ਵੇਚਿਆ ਸੀਗਾ, ਮਾਰਕੀਟ ਦੇ ਵਿੱਚ ਫਿਰ ਧਮਾਕਾ ਪਾਉਣ ਨੂੰ ਤਿਆਰ ਹੈ ਜੀ। ਹੈ ਵਿਪਨ ਟਰੰਕ ਹੋ ਗਈ, ਫੁੱਲ ਸਟੋਕ ਸਰ, ਫੁੱਲ ਸਟੋਕ ਆ ਗਿਆ ਹੋਇਆ ਹੈ, ਟਰੱਕ ਪੂਰਾ ਆ ਗਿਆ, LED ਟਰੱਕ ਆ ਗਿਆ ਜੀ ਮਹਾਰਾਜ, ਟਰੱਕ ਉਤਰ ਗਿਆ ਹੋਇਆ। ਹੁਣ ਦੇਖ ਲਓ, ਹੋਰ ਜ਼ਿਆਦਾ ਲੇਟ ਨਾ ਹੋ ਜਾਇਓ, ਕਿਉਂਕਿ ਜਿਹੜੇ ਆਫਰ ਹੈ ਮੇਰੇ ਖਿਆਲ ਚ ਦੀਵਾਲੀ ਤੱਕ ਰਹਿਣਗੇ, ਜੇ ਉਸ ਤੋਂ ਬਾਅਦ ਵੀ ਚੱਲਣਗੇ, ਟਰੱਕ ਮਾਰ ਸਕਦੇ ਹੋ, ਸਾਰਾ ਗਰਾਊਂਡ ਦਾ LED ਪਿਆ ਜੀ, ਗਰਾਊਂਡ ਦੀ LED ਲੱਗੀ, ਅੱਜ ਸਵੇਰੇ ਪੂਰਾ ਟਰੱਕ ਉਤਰਿਆ ਹੈ, ਇਹ 3-4 ਟਰੱਕ ਹੀ ਹੋਰ ਆਣੇ ਆ ਦੀਵਾਲੀ ਤੱਕ। ਕੀ ਬਾਤ ਹੈ ਜੀ, ਠੀਕ ਹੈ ਜੀ। ਤੇ ਅਸੀਂ ਘੱਟੋ ਘੱਟ ਲਾਸਟ ਇਅਰ 100 ਸੈੱਟ ਵੇਚਿਆ ਸੀਗਾ, 100 ਸੈੱਟ ਵੇਚਿਆ ਜੀ। ਤੋਂ ਅਜਿਹਾ ਨਹੀਂ ਹੈ ਕਿ ਜੇ ਜਿਹੜਾ ਤੁਹਾਨੂੰ ਬ੍ਰਾਂਡ ਦਿੱਤਾ ਜਾ ਰਿਹਾ ਜਾਂ ਆਫਰ ਲਗਾਈ ਜਾ ਰਹੀ ਆ, ਉਹ ਤੁਹਾਨੂੰ ਹਲਕਾ ਮਾਲ ਦਿੱਤਾ ਜਾਏਗਾ। ਇਸ ਦੇ ਨਾਲ ਭਾਜੀ BPL ਕੰਪਨੀ ਦਾ, ਇਸ ਤੋਂ ਇਲਾਵਾ ਵੀ ਆਫਰ ਹੈ ਜੀ? ਹਾਂ ਭਾਜੀ, ਇਸ ਤੋਂ ਇਲਾਵਾ ਵੀ ਦੇ ਰਹੇ ਆ ਮਹਾਰਾਜ ਇਹ BPL ਕੰਪਨੀ ਦਾ ਭਾਜੀ। ਇਹ ਹੈਗਾ ਜੀ ਆਪਣਾ 3699 ਦਾ, ਠੀਕ ਹੈ ਜੀ। ਏਅਰਫੋਨਸ ਇਹ ਬਿਲਕੁਲ ਭਾਜੀ ਫ੍ਰੀ, ਇਹ ਵੀ ਬਿਲਕੁਲ ਮੁਫਤ, ਬਿਲਕੁਲ ਫ੍ਰੀ ਭਾਜੀ BPL ਕੰਪਨੀ ਦਾ, ਜਮੇ ਫਿਰ ਓਰੀਜਨਲ ਭਾਜੀ।
ਭੰਗਾ ਲੈ ਭਾਈ ਰਹਿ ਗਈ ਐਲਈਡੀਆਂ ਦੋਨੋਂ ਜੀ ਸਰ ਇਹ ਵੀ ਨਹੀਂ ਉਸ ਤੋਂ ਇਲਾਵਾ ਦੱਸੋ ਸਾਡਾ ਐਡ ਸਾਡੀ ਸ਼ੇਅਰ ਕਰਕੇ ਆਉਂਦੇ ਹੋ ਮਤਲਬ ਸਾਡੇ ਲਈ ਆਫਰ ਹੋ ਗਿਆ ਇੱਕ ਤਰ੍ਹਾਂ ਦਾ ਜੀ ਹਾਂਜੀ ਉੱਥੇ ਹੋਰ ਪਾ ਦਿਓ ਜੀ ਨਾਲ ਸਾਡੀ ਐਡ ਨੂੰ ਸ਼ੇਅਰ ਕਰਕੇ ਆਉਂਦਾ ਹੈ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਹੈ ਉਹਨੂੰ ਇੱਕ ਗਿਫਟ ਹੋਰ ਦਿੱਤਾ ਜਾਏਗਾ ਇੱਕ ਪਲੱਸ ਹੋਰ ਮਿਲ ਜਾਏਗਾ ਜੀ ਕਸਟਮਰ ਜਿਹੜੇ ਇੱਥੇ ਖੜੇ ਮੈਂ ਉਹਨੂੰ ਵੀ ਕਹਿ ਦਿੰਦਾ ਮਹਾਰਾਜ ਇੱਕ ਗਿਫਟ ਹੋਰ ਲੈਣਾ ਤੁਸੀਂ ਵੀ ਨਾਲ ਸ਼ੇਅਰ ਕਰ ਦਿਓ ਤੁਹਾਨੂੰ ਐਕਸਟਰਾ ਗਿਫਟ ਹੋਰ ਮਿਲ ਜਾਣਾ ਕਿਸੇ ਵੀ ਆਈਟਮ ਦੇ ਸਿਰਫ ਇਸਤੇ ਕਸਟਮਰ ਲਵੇ ਨਾ ਲਵੇ ਨਹੀਂ ਨਹੀਂ ਉਹ ਸਾਨੂੰ ਸ਼ੇਅਰ ਦਾ ਸਕਰੀਨਸ਼ਾਟ ਭੇਜਵੇ ਅਸੀਂ ਗਿਫਟ ਉਹਦੇ ਘਰ ਭੇਜਾਂਗੇ ਭਾਜੀ ਹਰ ਸਾਲ ਦੀ ਤਰ੍ਹਾਂ ਕਮਾਲ ਕਰਤੀ ਹੈ ਫਿਰ ਇਸ ਵਾਰੀ ਮਤਲਬ ਕਿ ਬਾਜ਼ਾਰ ਦੇ ਵਿੱਚ ਪੂਰੇ ਧਮਾਕੇ ਇਹਨਾਂ ਨੇ ਪਾਏ ਹੋਏ ਨੇ ਤੋ ਇਸ ਵਾਰ ਵੀ ਉਸ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਗਾਹਕਾਂ ਦੇ ਉੱਤੇ ਜੋ ਗਾਹਕਾਂ ਨੇ ਇਹਨਾਂ ਉੱਤੇ ਵਿਸ਼ਵਾਸ ਦਿਖਾਇਆ ਸੀ ਇਹਨਾਂ ਨੇ ਵੀ ਉਸ ਨੂੰ ਬਿਲਕੁਲ ਕਾਇਮ ਰੱਖਿਆ ਤੇ ਇਸ ਵਾਰ ਬਿਲਕੁਲ ਨੈਟ ਨੋ ਮਾਰਜਨ ਦੇ ਉੱਤੇ ਆਪਾਂ ਗੱਲ ਕਰੀਏ ਤਾਂ ਜਿਹੜੇ ਆਫਰ ਜਿਹੜੇ ਇਸ ਵਾਰ ਫਿਰ ਲੈ ਕੇ ਆਏ ਨੇ ਤੇ ਆਪਾਂ ਅਪੀਲ ਕਰਦੇ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਆਫਰ ਨੂੰ ਗ੍ਰੈਬ ਕਰਨ ਦੇ ਲਈ ਵਿਪਨ ਟਰੰਕ ਹਾਊਸ ਬਿਲਕੁਲ ਖਾਟੂ ਸ਼ਾਹ ਮੰਦਿਰ ਦੇ ਸਾਹਮਣੇ ਅੱਡਾ ਮਾਰਕੀਟ ਜਲਦੀ ਤੋਂ ਜਲਦੀ ਪਹੁੰਚੋ ਤਾਂ ਜੋ ਆਫਰ ਕਿਤੇ ਖਤਮ ਨਾ ਹੋ ਜਾਣ ਕਿਉਂਕਿ ਜੋ ਪ੍ਰਾਈਸ ਦਿੱਤੇ ਗਏ ਨੇ ਉਸ ਦੇ ਉੱਤੇ ਇਹ ਜਲਦੀ ਤੋਂ ਜਲਦੀ ਖਤਮ ਹੋਣ ਦੀ ਪੂਰੀ ਸੰਭਾਵਨਾ ਹੈ ਭਈਆ ਸਾਡੇ ਕੋਲ ਗੀਜ਼ਰ 'ਚ ਵੀ ਰੇਂਜ ਪੂਰੀ ਅਵੇਲੇਬਲ ਹੈ ਸਾਡੇ ਕੋਲ ਪ੍ਰੀਮੀਅਮ ਬ੍ਰਾਂਡ ਦੇ ਗੀਜ਼ਰ ਹੈ ਜਿਸ ਤਰ੍ਹਾਂ ਅਮਲ ਸਰਦੀਆਂ ਸੀ ਸ਼ੁਰੂ ਹੋ ਰਿਹਾ ਤੇ ਕਪੈਸਿਟੀ ਦੀ ਗੱਲ ਕਰੀਏ ਜਿਹੜੇ ਛੋਟੇ ਗੀਜ਼ਰ ਲੱਗੇ ਨੇ 3 ਲੀਟਰ ਤੋਂ ਲੈ ਕੇ 25 ਲੀਟਰ ਤੱਕ ਠੀਕ ਹੈ ਜੀ ਬ੍ਰਾਂਡ ਸਾਡੇ ਕੋਲ ਅਵੇਲੇਬਲ ਰਹਿਣਗੇ ਓਰੀਐਂਟ ਕ੍ਰੰਪਟਨ ਤੇ ਵੋਲਟਾਸ ਤੇ ਬਜਾਜ ਇਹਨਾਂ ਦੇ ਸਾਰੇ ਮਾਡਲ ਐਰਾ ਗੈਰਾ ਕੋਈ ਬ੍ਰਾਂਡ ਨਹੀਂ ਹੈ ਜੀ ਬੱਚੀ ਲੋਕਲ ਨਹੀਂ ਪੜੀ ਕੋਈ ਬ੍ਰਾਂਡ ਨਹੀਂ ਹੈ ਨਾ ਮਤਲਬ ਲੋਕਲ ਤਾਂ ਹੈ ਹੀ ਨਹੀਂ ਸੇਫਟੀ ਨੂੰ ਵੀ ਧਿਆਨ 'ਚ ਰੱਖਿਆ ਗਿਆ ਹੈ ਜੀ ਸਾਡਾ ਕਾਊਂਟਰ ਦਾ ਨਾਮ ਬ੍ਰਾਂਡ ਕਰਕੇ ਹੀ ਚੱਲਦਾ ਹੈ ਕਿ ਇੱਥੇ ਲੋਕਲ ਪ੍ਰੋਡਕਟ ਅਸੀਂ ਵੇਚ ਕੇ ਖੁਸ਼ ਨਹੀਂ ਹੈ ਸਾਡੇ ਕੋਲ ਬੰਦੇ ਨਹੀਂ ਹੈਗੇ ਅਸੀਂ ਘਰ ਜਾ ਕੇ ਲੜਕੇ ਭੇਜੀਏ ਠੀਕ ਕਰਵਾਉਣ ਲਈ ਸਰਵਿਸ ਦੇ ਪਈਏ ਸਾਡੇ ਕੋਲ ਇੱਦਾਂ ਦਾ ਕੋਈ ਅਗਰ ਦਿੱਕਤ ਆਉਂਦੀ ਹੈ ਤਾਂ ਉਹਨੂੰ ਕੰਪਨੀ ਆਪਣੇ ਐਂਡ ਤੇ ਡੀਲ ਕਰੇਗੀ ਜੀ ਸਾਡਾ ਸਾਡੀ ਸਿਰਦਰਦੀ ਨਹੀਂ ਕੋਈ ਵੀ ਨਾ ਉਸ ਤੋਂ ਕਸਟਮਰ ਨੂੰ ਵੀ ਕੋਈ ਸਿਰਦਰਦੀ ਨਹੀਂ ਨਾ ਕੋਈ ਪਰੇਸ਼ਾਨ ਹੋਣ ਦੀ ਲੋੜ ਨਹੀਂ ਕੰਪਲੀਟ ਆਂਗੀ ਨਹੀਂ ਹੈ ਜੀ ਠੀਕ ਹੈ ਜਿੰਨਾ ਮਰਜ਼ੀ ਮਾਲ ਵੇਚੋ ਕੰਪਲੀਟ ਹੀ ਨਹੀਂ ਉਹ ਇਹ ਸਾਰੀ ਫ੍ਰੀ ਹੈ ਪਾਈਪਾਂ ਫ੍ਰੀ ਹੈ ਇੰਸਟਾਲੇਸ਼ਨ ਟੋਟਲੀ ਫ੍ਰੀ ਹੈ ਇਹਦੇ ਤੇ ਜਿਹੜਾ ਉਸ ਤੋਂ ਇਲਾਵਾ ਦੀਵਾਲੀ ਦਾ ਗਿਫਟ ਵੀ ਹੈਗਾ ਜੀ ਮਤਲਬ ਆਫਰ ਹਰ ਚੀਜ਼ ਤੇ ਆਪਾਂ ਮੰਨ ਲਈਏ ਕਿ ਜਿਹੜੀ ਵੀ ਚੀਜ਼ ਅਵੇਲੇਬਲ ਆ ਹਰ ਇੱਕ ਦੇ ਉੱਤੇ ਜਿਹੜਾ ਆਫਰ ਉਹ ਦਿੱਤਾ ਜਾ ਰਿਹਾ ਇਹਨਾਂ ਦੇ ਵੱਲੋਂ ਸਭ ਤੋਂ ਵੱਡੀ ਗੱਲ ਭਾਜੀ ਸਾਡੇ ਕਾਊਂਟਰ ਦੇ ਉੱਪਰ ਬਜਾਏ ਫਾਈਨਾਂਸ ਦੀ ਫੈਸਿਲਿਟੀ ਜਿਹੜੀ ਆ ਅਵੇਲੇਬਲ ਹੈ ਇਹ ਬੜੀ ਜ਼ਰੂਰੀ ਗੱਲ ਹੈ ਕਿ ਅਗਰ ਕਿਸੇ ਦਾ ਬੰਦਾ ਸਾਰੀ ਵੀਡੀਓ ਚੱਲਦੀ ਸੀਗੀ ਬੜੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਕਿ ਜਿਹੜਾ ਫੇਵਰ ਪੈਸੇ ਉਹਨੇ ਨਹੀਂ ਹੁੰਦੇ ਗਿਫਟ ਆਈਟਮ ਪਸੰਦ ਆ ਜਾਂਦੀ ਹੈ ਕਸਟਮਰ 1 ਰੁਪਈਆ ਲੈ ਕੇ ਆਵੇ 1 ਰੁਪੀਸ 1 ਲੱਖ ਤੱਕ 1.5 ਲੱਖ ਤੱਕ 70-80 ਹਜ਼ਾਰ ਤੱਕ ਕੋਈ ਵੀ ਆਈਟਮ ਕਸਟਮਰ ਦਾ ਕਾਰਡ ਐਕਟਿਵ ਹੋਣਾ ਚਾਹੀਦਾ ਹੈ ਜ਼ੀਰੋ ਡਾਊਨ ਪੇਮੈਂਟ ਦੇ ਉੱਪਰ ਅਗਰ ਨਹੀਂ ਗਿਆ ਤਾਂ ਹੋ ਵੀ ਜਾਏਗਾ ਐਕਟਿਵ ਐਕਟਿਵ ਹੋ ਜਾਏਗਾ ਜੀ ਸਾਡੇ ਕਾਊਂਟਰ ਦਾ ਆਪਣਾ ਸਿੰਬਲ ਵਧੀਆ ਜੀ ਕਸਟਮਰ ਦੀ ਅਪਰੂਵਲ ਆ ਜਾਂਦੀ ਹੈ ਸਾਡੇ ਕਾਊਂਟਰ ਦੇ ਉੱਪਰ ਨਹੀਂ ਉਹ ਬਣਵਾ ਵੀ ਸਕਦੇ ਐਕਟਿਵ ਐਕਟੀਵੇਟ ਕਰਾ ਕੇ ਆਪਣਾ ਸਮਾਨ ਜਿਹੜਾ ਉਹ ਯੂਜ਼ ਕਰ ਸਕਦੇ ਬਜਾਏ ਫਾਈਨਾਂਸ ਨਾਲ ਸਾਡੇ ਕਾਊਂਟਰ ਦੇ ਅਵੇਲੇਬਲ ਹੈ ਕੋਈ ਫਾਈਨਾਂਸ ਦੀ ਦਿੱਕਤ ਹੈ ਤੁਹਾਨੂੰ ਤਾਂ ਤੁਹਾਨੂੰ ਜਿਹੜਾ ਉਹ ਵੀ ਸਮੱਸਿਆ ਜਿਹੜੀ ਆ ਇੱਥੇ ਹੀ ਹੱਲ ਹੋ ਜਾਏਗੀ ਤੇ ਤੁਸੀਂ ਨਾ ਮਾਤਰ ਸਿਰਫ 70 ਰੁਪਏ ਲੈ ਕੇ ਆਓ ਤੇ ਆਪਣਾ ਟਾਰਗੇਟ ਹੈ ਐਲਈਡੀ ਅਲਮਾਰੀਆਂ ਗੱਦੇ ਕੋਈ ਵੀ ਆਈਟਮ ਐਲਈਡੀ ਕੋਂਬੋ ਗੀਜ਼ਰ 5-6 ਹਜ਼ਾਰ ਦੀ ਆਈਟਮ ਤੋਂ ਲੈ ਕੇ 50 ਹਜ਼ਾਰ ਤੱਕ 1 ਲੱਖ ਰੁਪਏ ਤੱਕ ਕੋਈ ਵੀ ਆਈਟਮ ਕਸਟਮਰ ਪਰਚੇਸ ਕਰਦਾ ਹੈ ਜ਼ੀਰੋ ਡਾਊਨ ਪੇਮੈਂਟ ਦੇ ਕੇ ਕਸਟਮਰ ਦੇ ਘਰ ਅਸੀਂ ਪ੍ਰੋਡਕਟ ਡਿਲੀਵਰ ਕਰਵਾਵਾਂਗੇ ਠੀਕ ਹੈ ਜੀ ਬਜਾਏ ਫਾਈਨਾਂਸ ਤੋਂ ਵੱਡੇ ਆਫਰ ਨੇ ਲਾਸਟ ਵਿੱਚ ਮੈਂ ਗੱਲ ਕਰੂੰਗਾ ਜੀ ਰੇਂਜ ਸਾਰੀ ਅਸੀਂ ਦਿਖਾ ਦਿੱਤੀ ਹੈ ਛੋਟੀ ਤੋਂ ਲੈ ਕੇ ਵੱਡੀ ਆਈਟਮ ਹਰ ਜਿਹੜੀ ਸਾਡੇ ਕੋਲ ਅਵੇਲੇਬਲ ਹੈ ਡਿਸਕਾਊਂਟ ਦਿੱਤੇ ਜਾ ਰਹੇ ਨੇ ਲਾਸਟ ਵਿੱਚ ਮੈਰਿਜਸ ਚੱਲ ਰਹੀਆਂ ਨੇ ਉਹਨੂੰ ਲੈ ਕੇ ਇੱਕ ਆਪਣੇ ਹੋਰ ਕੌਂਬੋ ਦੱਸ ਦਿਓ ਕਿ ਕਿੰਨੇ ਅਮਾਊਂਟ ਤੱਕ ਦਾ ਕਿਹੜਾ ਕੌਂਬੋ ਹੈ ਜੀ ਤਾਂ ਕਿ ਜੋ ਵਿਆਹਾਂ ਦੇ ਵਿੱਚ ਲੋਕ ਖਰੀਦਦਾਰੀ ਕਰਨ ਦੇ ਲਈ ਆ ਜਾਣ ਵਾਸ਼ਿੰਗ ਮਸ਼ੀਨ ਐਲਜੀ ਫ੍ਰਿਜ ਐਲਜੀ ਦਾ ਐਲਈਡੀ ਇਹ ਸਾਰੇ ਇੱਕੋ ਕੌਂਬੋ ਦੇ ਵਿੱਚ ਹੋਏਗਾ ਕੌਂਬੋ ਬਣਿਆ ਹੋਇਆ ਹੈ ਕੌਂਬੋ ਬਣਿਆ ਹੋਇਆ ਹੈ ਕੌਂਬੋ ਪ੍ਰਾਈਸ ਕੀ ਹੈ ਜੇ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਕਿੰਨਾ ਬੈਠੇਗਾ ਤੇ ਕੌਂਬੋ ਕੀ ਪ੍ਰਾਈਸ ਰੱਖਿਆ ਸਰ ਮਾਰਕੀਟ ਦਾ ਪ੍ਰਾਈਸ ਹੈਗਾ ਜੀ 50,000 ਦੀ ਰੇਂਜ ਦੇ ਵਿੱਚ ਉਹਨਾਂ ਦਾ ਬਣੇਗਾ ਉਹਨਾਂ ਦਾ ਬਣੇਗਾ ਜੀ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਦਵਾਂਗੇ 41,000 ਰੁਪਏ ਦੇ ਵਿੱਚ 40,000 ਰੁਪਏ ਦਾ ਤੇ ਨਾਲ ਤੁਹਾਨੂੰ ਗਿਫਟ ਦਵਾਂਗੇ ਤਿੰਨੋਂ ਆਈਟਮਾਂ ਦੇ ਨਾਲ ਅਲੱਗ ਅਲੱਗ ਠੀਕ ਹੈ ਜੀ ਡਿਲੀਵਰੀ ਤੁਹਾਡੇ ਘਰ ਫ੍ਰੀ ਹੈ ਫ੍ਰੀ ਹੋਏਗੀ ਠੀਕ ਹੈ ਜੀ ਜਿਹੜਾ ਕਸਟਮਰ ਉਹਨੂੰ ਸ਼ੇਅਰ ਕਰਕੇ ਆਏਗਾ ਉਹਨੂੰ ਅਸੀਂ ਐਕਸਟਰਾ ਗਿਫਟ ਹੀ ਦਵਾਂਗੇ ਐਕਸਟਰਾ ਕਸਟਮਾਈਜ਼ ਕਰ ਸਕਦੇ ਆ ਇਹਨੂੰ ਆਪਣੇ ਆਈਟਮ ਪਾ ਕੇ ਹੋਰ ਪਾ ਕੇ ਐਡਜਸਟ ਕਰ ਸਕਦੇ ਜਿਸ ਤਰ੍ਹਾਂ ਮਰਜ਼ੀ ਜਿਸ ਤਰ੍ਹਾਂ ਠੀਕ ਹੈ ਮਤਲਬ ਖੁਦ ਵੀ ਆਈਟਮ ਚੇਂਜ ਕਰਕੇ ਬਣਾ ਸਕਦੇ ਉਹਦਾ ਪ੍ਰਾਈਸ ਉਸ ਹਿਸਾਬ ਨਾਲ ਹੋ ਜਾਏਗਾ ਹਾਂਜੀ 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 ਠੀਕ ਹੈ ਜੀ ਤੋਂ ਬੜੀਆਂ ਅੱਛੀਆਂ ਆਫਰ ਜਿਹੜੀਆਂ ਦਿੱਤੀਆਂ ਇਹਨਾਂ ਨੇ ਤੋਂ ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਤੇ ਅਸੀਂ
ਇੱਕ ਵਾਰ ਫਿਰ ਤੋਂ ਅਪੀਲ ਕਰਦੇ ਹਾਂ ਕਿ ਤੁਸੀਂ ਭਾਈ ਸਾਹਿਬ ਕੋਲ ਜ਼ਰੂਰ ਪਹੁੰਚੋ, ਇਹਨਾਂ ਦੇ ਸ਼ੋਰੂਮ ਦੇ ਉੱਤੇ ਆ ਕੇ ਵਿਜ਼ਿਟ ਕਰੋ ਅਤੇ ਇਹਨਾਂ ਔਫਰ ਨੂੰ ਜਲਦੀ ਤੋਂ ਜਲਦੀ ਗ੍ਰੈਬ ਕਰੋ। ਅਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਔਫਰਸ ਹੋਣਗੇ ਜਾਂ ਮਾਰਕੀਟ ਦੇ ਵਿੱਚ ਹੋਣਗੇ, ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਤੋ ਇਸ ਵਾਰ ਇਹਨਾਂ ਨੂੰ ਆ ਕੇ ਜ਼ਰੂਰ ਮਿਲੋ ਅਤੇ ਇਹਨਾਂ ਤੋਂ ਖਾਸ ਤੌਰ 'ਤੇ ਸਾਡੇ ਚੈਨਲ ਦਾ ਰੈਫਰੈਂਸ ਦੇ ਕੇ ਸ਼ੇਅਰ ਕਰਕੇ ਐਕਸਟਰਾ ਗਿਫਟ ਵੀ ਜ਼ਰੂਰ ਲੈ ਕੇ ਜਾਇਓ। ਇੱਕ ਸਾਡੇ ਦੂਜਾ ਸ਼ੋਰੂਮ ਹੈ ਮਿਊਂਸੀਪਲ ਕੌਂਸਲ ਆਫਿਸ ਦੇ ਨਾਲ ਵਿਪਨ ਟਰੰਕ ਹਾਊਸ, ਜਿੱਥੇ ਸਾਡਾ ਅਲਮਾਰੀਆਂ, ਗੱਦੇ, ਫਰਨੀਚਰ, ਪਲਾਸਟਿਕ ਫਰਨੀਚਰ, ਰਿਵੋਲਵਿੰਗ ਚੇਅਰਸ, ਆਫਿਸ ਫਰਨੀਚਰ ਸਾਰਾ ਅਵੇਲੇਬਲ ਹੈ। ਸਲੀਵੈਲ ਦੀ ਸ਼ੋਪੀ ਹੈ, ਅਲਮਾਰੀਆਂ ਬ੍ਰਾਂਡਡ ਕੰਪਨੀ, ਫੁੱਲ ਰੇਂਜ ਸਾਡੇ ਸ਼ੋਰੂਮ ਤੇ ਅਵੇਲੇਬਲ ਹੈ। ਆਓ ਲੈ ਕੇ ਚੱਲੀਏ, ਤੁਹਾਨੂੰ ਦੂਜੇ ਕਾਊਂਟਰ ਦੇ ਉੱਪਰ ਵਿਜ਼ਿਟ ਕਰਵਾਈਏ ਤੇ ਇੱਕ ਵਾਰ ਸਾਡੀ ਰੇਂਜ ਉਹ ਵੀ ਕਸਟਮਰ ਨੂੰ ਦਿਖਾ। ਠੀਕ ਹੈ ਜੀ, ਤੋਂ ਇਹਦੇ ਦੂਜੇ ਜਿੱਥੇ ਤੁਸੀਂ ਫਰਨੀਚਰ ਯੂਜ਼ ਕਰੋਗੇ, ਘਰ ਦੇ ਅਲਮਾਰੀਆਂ ਲੈਣਾ ਚਾਹੋਗੇ, ਸਲੀਵੈਲ ਬ੍ਰਾਂਡਡ ਗੱਦੇ ਸ਼ੋਪੀ। ਤੋਂ ਜਿਹੜਾ ਇਹਦਾ ਦੂਸਰਾ ਸ਼ੋਰੂਮ ਹੈ, ਨੈਕਸਟ ਪਾਰਟ ਦੇ ਵਿੱਚ ਇਹਨਾਂ ਆਪਾਂ ਗੱਲਬਾਤ ਕਰਾਂਗੇ ਉੱਥੇ ਦੇ ਵੀ ਕੀ ਔਫਰ ਇਹਨਾਂ ਨੇ ਰੱਖੇ ਨੇ, ਕੀ ਕੋਂਬੋ ਨੇ, ਕੀ ਫਰਨੀਚਰ ਉੱਤੇ ਔਫਰਸ ਨੇ, ਉਹ ਤੁਹਾਨੂੰ ਅਸੀਂ ਨੈਕਸਟ ਪਾਰਟ ਦੇ ਵਿੱਚ, ਨੈਕਸਟ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਜੈ ਹਿੰਦ।